हजारां लोगों जानां चलिया गईआं, हजारां घरां दे चिराग बुझ गए, हजारां लोग इस प्रशासन की अणगहली कारण इत्थे एक्सीडेंटां दे विच बाहां ते हथ पैर कट्टे गए, अपैज हो गए सदा लई। देखो प्रशासन अपनी जगह पर होगा, उन्होंने रोकना बेशक रोक लवे, पर लोगों की ताकत वड्डी हुंदी है। पहला भी क्या वे लोकतंत्र दे विच लोग वड्डे हुंदे ने, सानू ना प्रशासन का डर है ना सरकारां दा डर है। सुनाम तो एक बड़ी खबर तुहाडे कोल लैके आए हां, तुहानू दस दईए कि सुनाम तो पटियाला रोड के उपर पिंड सजूमा नज़दीक एक अधूरे पए टोल प्लाजा के डिवाइडर नूं किसान धक्के नाल हथौड़ियां नाल अते वाइब्रेटरां नाल अज तोड़ रहे ने। तुहानू दस दईए किसानां ने अल्टीमेटम दित्ता सी प्रशासन नूं कि जिहड़ा इह डिवाइडर आ दुर्घटनावां दा कारण बन रहा, इहनूं तोड़िया जावे। तकरीबन 5 साल पहलां इत्थे टोल प्लाजा बनण दा ऐलान होया सी, किसानां ने रोक दिता ते इह जिहड़ा डिवाइडर आ इसे तरीके नाल सड़क दे विचकार सी। किसानां ने प्रशासन नूं चेतावनी दित्ती सी कि जिहड़ा डिवाइडर आ तोड़िया जावे, अगर तुसीं नहीं तोड़ोगे तां असीं धक्के नाल तोड़ांगे। ते तस्वीरां 'च तुसीं देख सकदे हो किस तरीके नाल जिहड़े किसान ने भारी गिणती विच सैकड़ियां दी गिणती 'च इकट्ठे हो के अज हथौड़े दे नाल इस डिवाइडर नूं तोड़ रहे ने। प्रशासन भी भारी गिणती विच मौजूद आ, प्रशासन रोकण दी कोशिश कर रिहा, पर किसानां दी इक्को आवाज़ आ कि असीं तुहानूं बड़ा समां दे लिया, असीं हुण डिवाइडर नूं तोड़ के जावांगे। ਤੁਸੀਂ ਦੇਖ ਰਹੇ ਹੋ ਆਜ਼ਾਦ ਟੀਵੀ ਨਿਊਜ਼, ਬਣੇ ਰਹੋ। ਨਾਮ ਕੀ ਤੁਹਾਡਾ ਜੀ? ਮੈਂ ਰਣ ਸਿੰਘ ਚੱਠਾ, ਜ਼ਿਲ੍ਹਾ ਜਨਰਲ ਸਕੱਤਰ, ਬੀ ਕੇ ਯੋਗਤਾ ਸਿੱਧੂਪੁਰ। ਰਣ ਸਿੰਘ ਜੀ, ਅੱਜ ਤੁਹਾਡੇ ਵੱਲੋਂ ਇਹ ਡਿਵਾਈਡਰ ਨੂੰ ਤੋੜਿਆ ਜਾ ਰਿਹਾ, ਕੀ ਕਹੋਗੇ? ਇਹ ਜਿਹੜਾ ਡਿਵਾਈਡਰ ਆ ਜੀ, 4-5 ਸਾਲਾਂ ਤੋਂ ਇੱਥੋਂ ਦੇ ਜਿਹੜੇ ਰਾਹਗੀਰ ਆ, ਇੱਥੇ ਇਲਾਕੇ ਦੇ ਲੋਕ ਆ, ਲੋਕਲ, ਉਹਨਾਂ ਲਈ ਸਿਰਦਰਦੀ ਬਣਿਆ ਹੋਇਆ ਸੀ। ਕਿਉਂਕਿ ਇਸ ਡਿਵਾਈਡਰ ਨੇ ਜੋ ਇੱਥੇ ਟੋਲ ਪਲਾਜ਼ਾ ਲੱਗਣਾ ਸੀ, ਉਹ ਅਸੀਂ ਅੱਜ ਤੋਂ 4 ਸਾਲ ਪਹਿਲਾਂ ਇੱਥੇ ਪੰਜਾਬ ਦਾ ਮੁੱਖ ਮੰਤਰੀ ਸਾਬਕਾ ਕੈਪਟਨ ਅਮਰਿੰਦਰ ਸਿੰਘ ਸੁਨਾਮ ਆਏ ਸੀ ਅਤੇ ਨਾਲ ਉਹਨਾਂ ਦੇ ਵਿਜੇਇੰਦਰ ਸਿੰਘ ਲਾ ਕੈਬਨਿਟ ਮੰਤਰੀ, ਅਸੀਂ ਉਹਨਾਂ ਨਾਲ ਮੀਟਿੰਗ ਕਰਕੇ ਜੋ ਇਹ ਟੋਲ ਪਲਾਜ਼ਾ ਰੋਕਤਾ ਸੀ। ਪਰ ਇਹ ਜਿਹੜਾ ਡਿਵਾਈਡਰ ਆ ਰੋਡ ਦੇ ਵਿਚਾਲੇ ਸੁਨਾਮ ਪਟਿਆਲਾ ਰੋਡ ਦੇ ਉੱਪਰ ਬਣਿਆ ਹੋਇਆ, ਇਹਨੂੰ ਨਹੀਂ ਪੱਟਿਆ ਗਿਆ। ਇੱਥੇ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ, ਹਜ਼ਾਰਾਂ ਘਰਾਂ 'ਚ ਚਿਰਾਗ ਬੁਝ ਗਏ, ਹਜ਼ਾਰਾਂ ਲੋਕ ਇਸ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਇੱਥੇ ਐਕਸੀਡੈਂਟਾਂ ਦੇ ਵਿੱਚ ਬਾਹਾਂ ਅਤੇ ਹੱਥ ਪੈਰ ਕੱਟੇ ਗਏ, ਅਪੈਜ ਹੋ ਗਏ ਸਦਾ ਲਈ। ਪਰ ਪ੍ਰਸ਼ਾਸਨ ਆਪਦੀ ਕੁੰਭਕਰਨੀ ਨੀਂਦ 'ਚੋਂ ਨਹੀਂ ਜਾਗਿਆ ਹੈਗਾ। ਅਸੀਂ ਇੱਕ ਹਫ਼ਤਾ ਪਹਿਲਾਂ ਇੱਥੋਂ ਇੱਕ ਵੀਡੀਓ ਪਾ ਕੇ ਸਰਕਾਰ ਨੂੰ, ਪ੍ਰਸ਼ਾਸਨ ਨੂੰ ਬੇਨਤੀ ਵੀ ਕੀਤੀ ਸੀ ਅਤੇ ਚੇਤਾਵਨੀ ਵੀ ਦਿੱਤੀ ਸੀ ਵੀ ਤੁਹਾਡੇ ਕੋਲ 18 ਅਕਤੂਬਰ ਤੱਕ ਦਾ ਸਮਾਂ, ਜਾਂ ਤਾਂ ਇਹ ਡਿਵਾਈਡਰ ਨੂੰ ਪੱਟ ਦਿਓ। ਜੇਕਰ ਤੁਸੀਂ ਨਹੀਂ ਪੱਟੋਗੇ ਤਾਂ ਅਸੀਂ ਬੀ ਕੇ ਯੋਗਤਾ ਸਿੱਧੂਪੁਰ ਦੀ ਅਗਵਾਈ ਦੇ ਹੇਠ ਇੱਥੇ ਦੇ ਲੋਕਾਂ ਨੂੰ, ਹਲਕੇ ਦੇ ਲੋਕਾਂ ਨੂੰ, ਨੌਜਵਾਨਾਂ ਨੂੰ ਨਾਲ ਲੈ ਕੇ ਅਸੀਂ ਖੁਦ ਪੱਟਾਂਗੇ ਇਹਨੂੰ। ਅੱਜ ਵੀ ਪ੍ਰਸ਼ਾਸਨ ਆਇਆ, ਤੁਹਾਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ, ਕੀ ਕਿਹਾ ਉਹਨਾਂ ਨੇ? ਪ੍ਰਸ਼ਾਸਨ ਇੱਥੇ ਅੱਜ ਪੰਜਾਬ ਪੁਲਿਸ ਵੀ ਆਈ ਹੋਈ ਆ ਅਤੇ ਸਾਨੂੰ ਰੋਕਣ ਦੀ ਹਾਲਤ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਅਸੀਂ ਇੱਥੇ ਆਰ ਪਾਰ ਦੀ ਲੜਾਈ ਲੜਨ ਲਈ ਮਿਥ ਕੇ ਆਏ ਹਾਂ। ਅਤੇ ਇੱਥੇ ਜੋ ਮਹਿਕਮਾ ਸੰਬੰਧਿਤ PWD ਉਹਦਾ JEE ਵੀ ਆਇਆ, ਜੋ ਉਹੀ ਲਾਰੇ ਲੱਪਿਆਂ ਦੀ ਨੀਤੀ ਵੀ ਸਾਨੂੰ 2 ਦਿਨ ਦੇ ਦਿਓ, ਸਾਡੇ ਮਸ਼ੀਨਾਂ ਬਾਹਰ ਗਈਆਂ ਹੋਈਆਂ ਨੇ, ਸਾਨੂੰ 4 ਦਿਨ ਦੇ ਦਿਓ ਜੀ, ਸਾਨੂੰ ਹਫ਼ਤਾ ਦੇ ਦਿਓ ਜੀ। ਹੁਣ ਕਹਿੰਦੇ ਅਸੀਂ ਕੱਲ੍ਹ ਨੂੰ ਮਸ਼ੀਨਾਂ ਮੰਗਾ ਲਾਂਗੇ, ਪਰ ਸਾਡੇ ਲੋਕਾਂ ਦਾ ਇੱਥੋਂ ਇੱਕੋ ਇੱਕ ਟਾਰਗੇਟ ਆ, ਇੱਕੋ ਇੱਕ ਮੰਗ ਆ ਵੀ ਜਿੰਨਾ ਚਿਰ ਡਿਵਾਈਡਰ ਪੱਟਿਆ ਨਹੀਂ ਜਾਂਦਾ ਇੱਥੋਂ ਅਸੀਂ ਉੱਠਾਂਗੇ ਨਹੀਂ। ਅਸੀਂ 1 ਘੰਟੇ ਨੂੰ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਆ, ਅਸੀਂ ਸਹੀ 1 ਵਜੇ ਪੂਰਾ ਰੋਡ ਜਾਮ ਕਰ ਦੇਣਾ, ਜਿੰਨਾ ਚਿਰ ਡਿਵਾਈਡਰ ਨਹੀਂ ਪੱਟਿਆ ਜਾਂਦਾ ਅਸੀਂ ਦਿਨ ਰਾਤ ਰੋਡ ਨੂੰ ਜਾਮ ਕਰਕੇ ਰੱਖਾਂਗੇ। ਗੁਰਪਿਆਰ ਸਿੰਘ ਚੱਠਾ ਜੀ। ਗੁਰਪਿਆਰ ਸਿੰਘ ਜੀ, ਕੀ ਕਾਰਵਾਈ ਕੀਤੀ ਜਾ ਤੁਹਾਡੇ ਵੱਲੋਂ? ਦੇਖੋ ਜਿਹੜੀ ਇਹ ਪਹਿਲਾਂ ਵੀ ਅਸੀਂ ਪ੍ਰਸ਼ਾਸਨ ਅਤੇ ਸਰਕਾਰ ਨੂੰ ਇਹ ਵਾਰਨਿੰਗ ਦਿੱਤੀ ਸੀ ਵੀ ਜੇਕਰ ਇਹ 19 ਤਰੀਕ ਤੋਂ ਪਹਿਲਾਂ ਇਹ ਟੋਲ ਪਲਾਜ਼ਾ ਜਾਂ ਇਹ ਜਿਹੜਾ ਫੁੱਟਪਾਥ ਬਣਿਆ ਨਹੀਂ ਪੱਟੋਗੇ ਤਾਂ ਅਸੀਂ ਆਪਣੇ ਲੋਕਾਂ ਦੇ ਸਾਥ ਨਾਲ ਭਾਰਤੀ ਕਿਸਾਨ ਜੀ ਸਿੱਧੂਪੁਰ ਦੀ ਅਗਵਾਈ ਦੇ ਵਿੱਚ ਅਸੀਂ ਇਸ ਨੂੰ ਪੱਟਾਂਗੇ। ਅਤੇ ਅੱਜ ਤੁਸੀਂ ਦੇਖਿਆ ਵੀ ਲੋਕਾਂ ਦੇ ਇਕੱਠ ਅਤੇ ਲੋਕਾਂ ਦੀ ਤਾਕਤ ਨੇ ਅੱਜ ਆਪ ਪੱਟਣਾ ਸ਼ੁਰੂ ਕਰਤਾ, ਕਿਉਂਕਿ ਸਾਨੂੰ ਪ੍ਰਸ਼ਾਸਨ ਜਾਂ ਸਰਕਾਰਾਂ ਤੋਂ ਕੋਈ ਉਮੀਦਾਂ ਨਹੀਂ ਰਹੀਆਂ। ਇਸ ਕਰਕੇ ਅੱਜ ਅਸੀਂ ਆਪਣੇ ਪੱਧਰ 'ਤੇ ਜਿਹੜਾ ਇਹ ਆਪਣੀਆਂ ਜਿਹੜੀਆਂ ਵਾਈਬ੍ਰੇਟਰ ਮਸ਼ੀਨਾਂ ਨੇ ਉਹਨਾਂ ਰਾਹੀਂ ਪੱਟਣਾ ਇਹਨੂੰ ਸ਼ੁਰੂ ਕੀਤਾ। ਭਾਰੀ ਪੁਲਿਸ ਪ੍ਰਸ਼ਾਸਨ ਵੀ ਮੌਜੂਦ ਆ, ਤੁਹਾਨੂੰ ਰੋਕਣ ਦੀ ਵੀ ਕੋਸ਼ਿਸ਼ ਕਰੀ ਆ, ਕੀ ਕਿਹਾ? ਦੇਖੋ ਪ੍ਰਸ਼ਾਸਨ ਆਪਣੀ ਜਗ੍ਹਾ 'ਤੇ ਹੋਊਗਾ, ਉਹਨਾਂ ਨੇ ਰੋਕਣਾ ਬੇਸ਼ੱਕ ਰੋਕ ਲਵੇ, ਪਰ ਲੋਕਾਂ ਦੀ ਤਾਕਤ ਵੱਡੀ ਹੁੰਦੀ ਆ। ਪਹਿਲਾਂ ਵੀ ਕਿਹਾ ਵੀ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ, ਸਾਨੂੰ ਨਾ ਪ੍ਰਸ਼ਾਸਨ ਦਾ ਡਰ ਹੈ ਨਾ ਸਰਕਾਰਾਂ ਦਾ ਡਰ ਹੈ, ਕਿਉਂਕਿ ਜਦੋਂ ਜਿੱਥੇ ਸਾਡੇ ਪਰਿਵਾਰਾਂ ਦੀਆਂ ਜਾਨਾਂ ਜਾਂਦੀਆਂ ਹੋਣ, ਜਿੱਥੇ ਸਾਡੇ ਘਰਾਂ ਦੇ ਵਿੱਚ ਸੱਥਰ ਵਿਖਦੇ ਹੋਣ, ਉੱਥੇ ਸਾਨੂੰ ਇਹ ਸਰਕਾਰਾਂ ਤੋਂ ਉਮੀਦਾਂ ਵੀ ਨਹੀਂ ਰੱਖਣੀਆਂ ਚਾਹੀਦੀਆਂ। ਅਤੇ ਜੇਕਰ ਕਿਸੇ ਲੀਡਰ ਦਾ ਇੱਥੇ ਕਿਸੇ ਬੱਚਾ ਜਾਂ ਕੋਈ ਪਰਿਵਾਰ ਦਾ ਜੀ ਨੁਕਸਾਨ ਹੋ ਜਾਂਦਾ, ਮੇਰੇ ਹਿਸਾਬ ਨਾਲ ਇਹ ਘੰਟਿਆਂ ਦੇ ਵਿੱਚ ਜਿਹੜੇ ਫੁੱਟਪਾਥ ਨੇ ਇਹੋ ਜਿਹੇ ਚੱਕੇ ਜਾਂਦੇ। ਪਰ ਸਰਕਾਰਾਂ ਦੀ ਨਲਾਇਕੀਆਂ ਕਰਕੇ ਸਾਡੇ ਬਹੁਤ ਸਾਰੇ ਨੌਜਵਾਨ ਜਿਹੜੇ ਇੱਥੋਂ ਆਪਣੀ ਜੀਵਨ ਲੀਲਾ ਖਤਮ ਕਰਕੇ, ਸਾਡੀਆਂ ਜਿਹੜੀਆਂ ਮਾਤਾਵਾਂ ਭੈਣਾਂ ਉਹ ਪਿਛਲੇ ਹਫ਼ਤੇ ਹੀ ਇੱਥੋਂ 5-6 ਜਿਹੜੀਆਂ ਮਾਤਾਵਾਂ ਦੀਆਂ ਲੱਤਾਂ ਜਿਹੜੀਆਂ ਉਹ ਕੱਟੀਆਂ ਗਈਆਂ, ਹੋਰ ਅਸੀਂ ਕਿੰਨੀ ਕੁ ਉਡੀਕ ਕਰੀਏ ਲੋਕਾਂ ਦੀ ਮੌਤਾਂ ਦੀ, ਅਤੇ ਪ੍ਰਸ਼ਾਸਨ ਸਾਨੂੰ ਕਹਿ ਰਿਹਾ ਕਿ ਅਸੀਂ 1 ਹਫ਼ਤੇ ਦਾ ਟਾਈਮ ਲੈਂਦੇ ਹਾਂ, ਅਸੀਂ 1 ਹਫ਼ਤਾ ਹੋਰ ਲੋਕਾਂ ਦੀਆਂ ਮੌਤਾਂ ਦੀ ਉਡੀਕ ਕਰੀਏ।
साडा ये प्रशासन के नाल किसी तरह का भी कोई इस तरह का कोई समझौता नहीं है। अज साडा ये गल सारे लोगों ने एक ही ताकत है लोगों की भी असं इन तोड़ के जाना है, इनू अज तोड़ के जावे। ये गल असं प्रशासन के सरकार को कह चुके हैं।